ਨਾਮ ਤੁਹਾਡਾ ਤੇ ਕੀ ਹੋਇਆ ਜੀ ਆਪਣਾ? ਰਾਜਵਿੰਦਰ ਹੈ ਜੀ ਮੇਰਾ ਨਾਮ। ਇੱਥੇ ਮੀਟਿੰਗ ਸੀਗੀ ਜੀ ਵੀ ਆਈ ਪੀ ਵਾਲਿਆਂ ਦੀ ਮਲੋਟ ਆਪਣੇ ਪੈਲਸ ਵਿੱਚ, ਉੱਥੋਂ ਆਈ ਜਾਂਦੇ ਸੀਗੇ ਜੀ ਅਸੀਂ, ਅਤੇ ਉਹ ਅਚਾਨਕ ਸਟੇਅਰਿੰਗ ਫ੍ਰੀ ਹੋ ਗਿਆ ਜੀ, ਜਿਸ ਕਰਕੇ ਹੌਲੀ ਹੌਲੀ ਗੱਡੀ ਪਲਟੀ ਉੱਪਰ ਕੰਟਰੋਲ ਕਰ ਲਈ ਅਸੀਂ, ਤਾਂ ਸਟੇਅਰਿੰਗ ਵਿੱਚੋਂ ਨਿਕਲਣੇ ਕਰਕੇ ਫ੍ਰੀ ਹੋਣੇ ਕਾਰਨ ਜ਼ਿਆਦਾ ਕੰਟਰੋਲ ਨਹੀਂ ਹੋਇਆ, ਗੱਡੀ ਆਰਾਮਦਾਰੀ ਨਾਲ ਥੱਲੇ ਆ ਗਈ ਜੀ, ਪਲਟ ਗਈ ਜੀ, ਅਤੇ ਜ਼ਿਆਦਾ ਸਵਾਰੀਆਂ 'ਤੇ ਸੱਟਾਂ ਨਹੀਂ ਵੱਜੀਆਂ ਜੀ, ਮਾੜੀਆਂ ਮੋਟੀਆਂ ਰਗੜਾ ਪਕੜਾ ਵੱਜੀਆਂ ਜੀ। ਕਿੰਨੀਆਂ ਸਵਾਰੀਆਂ ਸੀ? ਸਵਾਰੀਆਂ ਸੀਗੀਆਂ 20-25 ਸਵਾਰੀਆਂ ਜੀ, ਮਾੜੀਆਂ ਮੋਟੀਆਂ ਜਾਂ ਰਗੜਾ ਵੱਜੀਆਂ ਜੀ, ਕੋਈ ਜ਼ਿਆਦਾ ਸੱਟ ਹੈ ਨਹੀਂ ਕਿਸੇ ਦੀ ਵੀ, ਡੂੰਗੀ ਨਾ ਕੋਈ ਟੁੱਟ ਭੱਜ ਕਿਸੇ ਦੀ ਨਹੀਂ ਹੈਗੀ। ਕਿਹੜੇ ਕਿਹੜੇ ਪਿੰਡ ਦੀਆਂ ਸੀ ਸਵਾਰੀਆਂ? ਸਵਾਰੀਆਂ ਜੀ ਭੰਗਜੜੀ ਦੀਆਂ ਸੀ। ਹਾਂਜੀ, ਉਹਨਾਂ ਦਾ ਹਸਪਤਾਲ ਲੈ ਗਏ ਜੀ, ਪੱਟੀ ਪੁੱਟੀ ਲਵਾ ਤੀ ਉਹਨਾਂ ਦੇ, ਠੀਕ ਠਾਕ ਹੈ ਸਾਰੇ, ਅਤੇ ਕੋਈ ਉਹ ਜਿਹੀ ਗੱਲ ਹੈ ਨਹੀਂ ਜੀ। ਤੁਹਾਡੇ ਤਾਂ ਨਹੀਂ? ਨਹੀਂ ਜੀ, ਮੇਰੇ ਕੋਈ ਸੱਟ ਨਹੀਂ, ਬਚਾਅ ਹੋ ਗਿਆ। ਤੁਹਾਡਾ ਨਾਂ ਤੇ ਕਿਵੇਂ ਹਾਦਸਾ ਵਾਪਰਿਆ? ਇਹ ਜੀ ਜਦੋਂ ਮਲੋਟ ਤੋਂ ਅਸੀਂ ਤੁਰੇ ਨਾ, ਸਾਰੇ ਆਰਾਮ ਨਾਲ ਤੁਰੇ ਆਉਂਦੇ ਸਨ, ਕਿਤੇ ਆ ਕੇ ਸਟੇਅਰ ਖੁੱਲਿਆ, ਹਾਂਜੀ ਸਟੇਅਰ ਖੁੱਲ ਗਿਆ, ਜਦੋਂ ਸਾਰੇ ਮੌਜ ਨਾਲ ਬੈਠੇ ਸੀ ਉਦੋਂ ਹੀ ਪਤਾ ਲੱਗਿਆ ਜਦੋਂ ਪਾਸਟਾ ਖਾ ਗਈ ਗੱਡੀ। ਉਹਨੇ ਬਥੇਰਾ ਜ਼ੋਰ ਲਾਇਆ ਵਿਚਾਰੇ ਨੇ, ਪਿੱਛੋਂ ਹੀ ਲਾਉਂਦਾ ਹੁੰਦਾ ਸੀ, ਕਿਤੇ ਬ੍ਰੇਕ ਬਰੂਕ ਨਹੀਂ ਮਾਰੇ ਗਏ। ਕਿੰਨੇ ਕੁ ਜਣੇ ਸੀਗੇ ਬੱਸ ਦੇ ਸਵਾਰ ਵਿੱਚ? ਅਸੀਂ ਸਹਿਗੇ 32 ਦੇ ਸੀ, 33 ਜਣੇ। ਅਤੇ ਕਿੰਨੇ ਜਣੇ ਹੈਗੇ ਜਿਹਨਾਂ ਨੂੰ ਚੋਟਾਂ ਲੱਗੀਆਂ? ਚੋਟਾਂ ਲੱਗੀਆਂ ਜੀ, ਇੱਥੇ ਇੱਥੇ ਹੋਵਾਂਗੇ ਆਪਾਂ, 10-12 ਜਣੇ ਤਾਂ ਇੱਥੇ ਹੋਵਾਂਗੇ। ਤੁਸ ਮੁਕਤਸਰ ਗਏ? ਕਿੰਨਾ ਨੇ ਤੁਹਾਨੂੰ ਦਾਖਲ ਕਰਵਾਇਆ ਉੱਥੇ ਜਾ ਕੇ? ਠੇਲੇ ਨਹੀਂ ਕਰਾਇਆ ਜੀ ਕੋਈ। ਕੀ ਤੁਹਾਡਾ ਨਾਂ, ਕਿਵੇਂ ਹਾਦਸਾ ਵਾਪਰਿਆ ਅਤੇ ਕਿੱਥੋਂ ਜਾ ਰਹੇ ਸੀ ਤੁਸੀਂ? ਸਰ ਮੈਂ ਜਸਕਰਨ ਸਿੰਘ ਪੂਣੀਆਂ ਭੰਗਜੜੀ ਤੋਂ ਹੈ, ਮੰਡਲ ਪ੍ਰਧਾਨ ਹੈ ਸਰ। ਅਸੀਂ ਭੰਗਜੜੀ ਤੋਂ ਇੱਥੇ ਗੁਰਮੀਤ ਰਾਣਾ ਸੋਢੀ ਆਏ ਸੀ, BJP ਦੀ ਮੀਟਿੰਗ ਸੀਗੀ, ਮੀਟਿੰਗ 'ਚ ਅਸੀਂ ਵਾਪਸ ਜਾ ਰਹੇ ਸਰ, ਅਤੇ ਉੱਥੇ ਬੱਸ ਦਾ ਸਟੇਅਰਿੰਗ ਖੁੱਲ੍ਹਣ ਕਰ ਅਚਾਨਕ ਇਹ ਹਾਦਸਾ ਵਾਪਰਿਆ। ਕਿੰਨੇ ਕਿਸਨੇ ਸੀਗੇ ਬੱਸ ਦੇ ਵਿੱਚ ਸੀਗੇ ਅਤੇ ਕਿੰਨੇ ਜਿਹੜੇ ਹੈਗੇ ਜ਼ਖਮੀ ਹੋਏ, ਕਿੱਥੇ ਕਿੱਥੇ ਦਾਖਲ ਕਰਵਾਇਆ? 40 ਬੰਦੇ ਦੇ ਲਗਭਗ ਸੀਗੇ ਜੀ, ਅਤੇ ਜਿਨ੍ਹਾਂ ਦੇ ਵਿੱਚੋਂ 15-20 ਜਣੇ ਅੰਦਰ ਹੋਏ ਆ, 2-3 ਜ਼ਿਆਦਾ ਹੈ ਜੋ ਮੁਕਤਸਰ ਦੇ। ਸਾਰੇ ਜਿਹੜੇ ਜ਼ਖਮੀ ਹੋਏ ਆ ਇੱਕ ਪਿੰਡ ਦੇ ਰਹਿਣ ਵਾਲੇ? ਇੱਕ ਪਿੰਡ ਦੇ ਰਹਿਣ ਵਾਲੇ। ਕਿੰਨਾ ਨੇ ਤੁਹਾਨੂੰ ਦਾਖਲ ਕਰਵਾਇਆ ਇੱਥੇ ਆ ਕੇ? ਇੱਥੇ ਗੋਰਾ ਜੀ ਪ੍ਰਧਾਨ ਜਾਵੜੇ ਸੀ ਮਗਰ 5 ਮਿੰਟਾਂ 'ਚ ਹੀ, ਬਾਕੀ ਐਂਬੂਲੈਂਸਾਂ ਜਾਵੜੇ ਫੋਨ ਕਰਤੇ ਸੀਗੇ ਸਰ, ਮਿੱਡਾ ਹੀ ਜਾਵੜੇ ਸੀ ਮਲੋਟ ਵਾਲੇ, ਸੀਤਾ ਰਾਮ ਚੇਤਰੀ ਜਾਵੜੇ ਸੀ। ਹੁਣ ਕੀ ਹਾਲਾਤ ਕੀ ਹੈਗੇ ਉਹਨਾਂ ਦੇ? ਹੁਣ ਹਾਲਾਤ ਠੀਕ ਹੈ ਸਰ, ਉਹਨਾਂ ਦਾ ਹਾਲਾਤ ਚੱਲ ਰਿਹਾ, 1-2 ਦੇ ਐਕਸਰੇ ਹੋਣੇ ਹੋ ਜਾਣਗੇ ਸਰ। ਤੁਹਾਡਾ ਨਾਂ ਕੀ ਹੋਇਆ ਸੀ ਜੀ? ਕੀ ਨਾਂ ਤੁਹਾਡਾ ਜੀ? ਕਿਵੇਂ ਵਾਪਰਿਆ? ਕਿੱਥੋਂ ਆ ਰਹੇ ਸੀਗੇ? ਕਿੱਥੇ ਸੀ? ਅਸੀਂ ਮਲੋਟ ਤੋਂ ਰੇਲੀ ਤੋਂ ਆ ਰਹੇ। ਅੱਛਾ, ਕਿਵੇਂ ਕੀ ਹਾਦਸਾ ਹੋਇਆ? ਉਹ ਸਟੇਅਰਿੰਗ ਖੁੱਲ੍ਹ ਕੇ ਆਈ ਗੱਡੀ ਦਾ ਉੱਤਰੀ ਜਾਂਦੀ। ਕਿੰਨੇ ਕੁ ਜਣੇ ਸੀਗੇ ਜਿਹੜੇ ਬੱਸ ਦੇ ਵਿੱਚ? ਅਸੀਂ ਸੀਗੇ 40 ਜਣੇ। 30 ਜਣੇ ਤਾਂ ਹੋਵਾਂਗੇ। ਕਿੰਨੇ ਕੁ ਜਣੇ ਜ਼ਖਮੀ ਹੋਏ ਹੋਣ? ਹੈਗੇ ਜੀ ਉਹਦੇ 'ਚ 6-7 ਜਣੇ ਆਈ ਜ਼ਖਮੀ। 60-70 ਸਾਰਿਆਂ ਦੇ ਵੱਜਣੇ। 70 ਸਾਰਿਆਂ ਦੇ। ਕਿੱਥੋਂ ਕਿੱਥੋਂ ਦੇ ਰਹਿਣ ਵਾਲੇ? ਭੰਗ ਜਿਹੜੀ ਦੇ ਰਹਿਣ ਜਿਹੜੀ ਦੇ।